ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਇੱਥੋਂ ਦੀ ਧਰਤੀ ਵਿੱਚ ਤਰ੍ਹਾਂ ਤਰ੍ਹਾਂ ਦੀ ਫਸਲਾਂ ਤਿਆਰ ਕਰਕੇ ਇੱਥੋਂ ਦਾ ਕਿਸਾਨ ਪੂਰੇ ਭਾਰਤ ਦਾ ਨਹੀਂ ਸਗੋਂ ਸਾਰੀ ਦੁਨੀਆ ਦਾ ਪੇਟ ਭਰ ਰਿਹਾ ਹੈ। ਇੱਥੇ ਹੀ ਬਸ ਨਹੀਂ ਕਿ ਪੰਜਾਬ ਦਾ ਕਿਸਾਨ ਸਮੇਂ ਸਮੇਂ 'ਤੇ ਨਿਵੇਕਲੀਆਂ ਕਿਸਮਾਂ ਦੀਆਂ ਫਸਲਾਂ ਤਿਆਰ ਕਰਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਵਿੱਚ ਵੀ ਯਤਨਸ਼ੀਲ ਹੈ। ਇਸੇ ਤਰ੍ਹਾਂ ਦੀ ਹੀ ਮਿਸਾਲ ਕਾਇਮ ਕੀਤੀ ਹੈ ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਪਾਡੋ ਦੇ ਉੱਦਮੀ ਨੌਜਵਾਨ ਕਿਸਾਨ ਨੇ, ਜਿਨ੍ਹਾਂ ਦੇ ਝੋਨੇ ਅਤੇ ਕਣਕ ਦੀ ਰਿਵਾਇਤੀ ਫਸਲ ਨੂੰ ਤਿਆਗ ਕੇ ਆਪਣੇ ਖੇਤਾਂ ਵਿੱਚ ਫੁੱਲਾਂ ਦੀ ਖੇਤੀ ਦੀ ਕਾਸ਼ਤ ਸ਼ੁਰੂ ਕੀਤੀ। ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਮੇਰਾ ਆਮ ਹੀ ਸਲੋਗਨ ਹੁੰਦਾ ਵੀ ਆਪਣੀ ਧਰਤੀ ਨੂੰ ਮਾਂ ਵਾਂਗੂ ਸਮਝੋ। ਅਸੀਂ ਖੋਸਾ ਪਾਡੋ ਪਿੰਡ ਨੂੰ ਜਿਹੜਾ ਹੈਗਾ ਪੂਰੇ ਪਿੰਡ 'ਚ ਪਿੱਛੇ ਪਰਾਲੀ ਨੂੰ ਵੀ ਅੱਗ ਨਹੀਂ ਲੱਗਣ ਦਿੱਤੀ, ਕਰਾਊਡ ਇਨਵੈਸਟੀਗੇਸ਼ਨ 'ਤੇ ਵੀ ਕੰਮ ਕਰਦੇ ਹਾਂ। ਉਸੇ ਤਹਿਤ ਅਸੀਂ ਡਾਕਟਰ ਅੱਲਾ ਰੰਗ ਨੇ ਪਟਿਆਲੇ ਤੋਂ ਉਹਨਾਂ ਦੀ ਇੱਕ ਫਰਮ ਬਣਾਈ ਹੋਈ ਹੈ, ਉਹਦੇ ਨਾਲ ਕੰਟੈਕਟ ਕਰਕੇ ਇਹ ਅਸੀਂ 3.5 ਏਕੜ ਦੇ ਵਿੱਚ ਫਲਾਰਿੰਗ ਸ਼ੁਰੂ ਕੀਤੀ ਹੈ। ਇਹਦੇ ਲਈ 2 ਨੌਜਵਾਨ ਵੀਰ ਨੇ ਜਿਨ੍ਹਾਂ ਨੂੰ ਅਸੀਂ ਯੂਨੀਵਰਸਿਟੀ ਤੋਂ ਬਾਕਾਇਦਾ ਜਿਹੜੀ ਹੈਗੀ ਆ ਟ੍ਰੇਨਿੰਗ ਦਵਾਈ ਹੈ ਅਤੇ ਹੁਣ ਉਹ ਮਿਹਨਤ ਨਾਲ ਕੰਮ ਕਰ ਰਹੇ ਨੇ। ਤਾਂ ਜਿੱਥੋਂ ਤੱਕ ਮਾਮਲਾ ਹੈਗਾ ਵੀ ਕੰਮ ਕਰਨ ਦਾ, ਨੌਜਵਾਨਾਂ ਅੰਦਰ ਟੇਲੈਂਟ ਨੂੰ ਹਾਸਲ ਕਰਨ ਦਾ, ਇਸ ਗੱਲ 'ਚ ਤਾਂ ਕੋਈ ਦੋਰਾਵਾ ਨਹੀਂ। ਜੇ ਕੈਨੇਡਾ ਅਮੈਰੀਕਾ ਜਾ ਕੇ ਕੰਮ ਕਰ ਸਕਦੇ ਨੇ, ਇੱਥੇ ਵੀ ਕੋਈ ਦਿੱਕਤ ਨਹੀਂ ਹੈਗੀ। ਇਸ ਪਿੰਡ ਵਿੱਚ ਅਸੀਂ ਕਿਉਂਕਿ ਨੈਚੁਰਲ ਫਾਰਮਿੰਗ ਲਈ ਸ਼ੁਰੂ ਕੀਤਾ ਹੋਇਆ, ਇੱਥੇ 2 ਗਰੁੱਪ ਵਿਸ਼ੇਸ਼ ਕਰਕੇ ਨੇ ਸਾਡੇ, ਇੱਕ ਉੱਦਮੀ ਕਿਸਾਨ ਸੈਲਫ ਹੈਲਪ ਗਰੁੱਪ ਹੈ, ਇੱਕ ਬਾਬਾ ਸਾਹਿਬ ਸਿੰਘ ਸੈਲਫ ਹੈਲਪ ਗਰੁੱਪ ਹੈਗਾ। ਦੋਨਾਂ ਗਰੁੱਪਾਂ ਦੇ ਵਿੱਚ ਜਿਹੜੇ ਨੌਜਵਾਨ ਵੀਰ ਨੇ ਮਤਲਬ ਉਹ ਕੰਮ ਕਰਦੇ ਨੇ, ਖਾਸ ਕਰਕੇ ਖੇਤੀ ਦੇ ਰਿਲੇਟਡ, ਅਤੇ ਨਾਲ ਇੱਕ ਜਿਹੜਾ ਕਲੱਬ ਹੋਰ ਵੀ ਬਣਿਆ ਹੋਇਆ ਹੈਗਾ ਉਹ ਸਪੋਰਟਸ ਵਿੱਚ ਕੰਮ ਕਰਦਾ। ਅਤੇ ਪਰ ਮੇਰਾ ਇਸ ਪਿੰਡ ਵਿੱਚ ਜ਼ਿਆਦਾ ਫੋਕਸ ਜਿਹੜਾ ਹੈਗਾ ਵਾ ਉਹ ਫਾਰਮਿੰਗ 'ਤੇ ਹੈਗਾ। ਖੋਸਾ ਕੋਟਲਾ 'ਚ ਮੇਰਾ ਫੋਕਸ ਜ਼ਿਆਦਾ ਸਪੋਰਟਸ 'ਤੇ ਹੈ। ਜੀ, ਕਿਹੜੀ ਕਿਹੜੀ ਖੇਤੀ ਹੈ ਜਿਹੜੀ ਇੱਥੇ ਕੀਤੀ ਜਾਂਦੀ ਹੈ? ਇੱਥੇ ਜਿਹੜਾ ਹੈਗਾ ਅਸੀਂ ਛੋਲੇ ਲਾਏ ਹੋਏ ਨੇ, ਮਸਰ ਲਾਏ ਆ, ਸਰ੍ਹੋਂ ਲਾਈ ਹੈ, ਅਤੇ ਆਪਣਾ ਫੁੱਲ ਹੈਗੇ ਨੇ, ਆਲੂ ਨਿਕਲ ਗਏ ਨੇ, ਹਲਦੀ ਨਿਕਲ ਗਈ ਹੈ, ਅਤੇ ਕਣਕ ਹੈਗੀ ਹੈ। ਇਹ ਖੇਤੀ ਵਿਭਿੰਨਤਾ ਦੇ ਤਹਿਤ ਹੀ ਸਾਰਾ ਜਿੰਨਾ ਵੀ ਨਾਲ? ਹਾਂਜੀ, ਇਹ ਅਸੀਂ ਮਤਲਬ ਆਪਣੇ ਸ਼ੌਕ ਨਾਲ ਖੇਤੀ ਵਿਭਿੰਨਤਾ ਦੇ ਤਹਿਤ ਜਿਹੜਾ ਡਿਵਰਸੀਫਿਕੇਸ਼ਨ ਹੈਗੀ ਆ, ਅਲਸੀ ਅਤੇ ਹਾਲਿਓਂ ਵੀ ਲਾਈ ਹੋਈ ਹੈ ਥੋੜ੍ਹੀ ਥੋੜ੍ਹੀ। ਠੀਕ ਹੈ, ਮਤਲਬ ਇਹ ਚੀਜ਼ਾਂ ਟ੍ਰਾਇਲ ਵਿੱਚ ਵੀ ਨੇ ਵੀ ਜਿਹੜੀ ਸਾਡੇ ਨਿੱਜੀ ਜੀਵਨ 'ਚ ਵੀ ਕੰਮ ਆਉਂਦੀਆਂ ਜੀ। ਨੌਜਵਾਨ ਖੇਤੀ ਵੱਲੋਂ ਮੁੱਖ ਮੋੜ ਰਹੇ ਨੇ, ਕੀ ਕਹੋਗੇ ਜੀ ਉਹਨਾਂ ਨੂੰ? ਜਿੱਥੋਂ ਤੱਕ ਮੇਰਾ ਮੰਨਣਾ ਹੈਗਾ ਵੀ ਨੌਜਵਾਨ ਜਿਹੜਾ ਹੈਗਾ ਨਾ, ਕਿਉਂਕਿ ਜਦੋਂ ਜੈਸਾ ਅੰਨ ਤੈਸਾ ਮਨ, ਜਵਾਨੀ ਜਿਹੜੀ ਹੁੰਦੀ ਹੈ ਪੀਕ ਵੈਲੀ ਹੁੰਦੀ ਹੈਗੀ ਆ ਐਨਰਜੀ ਦੀ, ਤਾਂ ਐਨਰਜੀ ਨੂੰ ਅਗਰ ਸਹੀ ਢੰਗ ਨਾਲ ਯੂਟੀਲਾਈਜ਼ ਕਰਨ ਵਾਸਤੇ ਕੋਈ ਸੀਨੀਅਰ ਕੋਆਰਡੀਨੇਟ ਟੱਕਰ ਜੇ, ਫਿਰ ਤਾਂ ਉਹ ਉੱਧਰ ਨੂੰ ਡਿਵਰਸੀਫਾਈ ਹੋ ਜਾਂਦੇ ਨੇ। ਅਗਰ ਨਾ ਟੱਕਰੇ ਤਾਂ ਬਸ ਇਹਨਾਂ ਦੇ ਹੁਣ ਬਹੁਤਾਤ ਵਿੱਚ ਲਾਲਚ ਇੱਕੋ ਹੀ ਹੁੰਦਾ ਵੀ ਹਾਏ ਹਾਏ ਕੈਨੇਡਾ, ਹਾਏ 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 ਕੈਨੇਡਾ, ਉਹ ਵਿੱਚੋਂ ਕਈ ਵਾਰ ਬਾਹਰ ਹੀ ਨਿਕਲ ਜਾਂਦੀ ਹੈ, ਉਹ ਫਿਰ ਇੱਥੇ ਨਸ਼ਾ ਡਿੱਗ ਜਾਂਦੇ ਨੇ। ਤਾਂ ਮੈਨੂੰ ਲੱਗਦਾ ਹੁੰਦਾ ਵੀ ਅਸੀਂ ਜੇ ਇਹਨਾਂ ਨੂੰ ਪਿਆਰ ਕਰੀਏ, ਇਹਨਾਂ ਨੂੰ ਸਮਝਾਉਣ ਦਾ ਯਤਨ ਕਰੀਏ, ਹੋ ਸਕਦਾ ਸਾਡੀ ਗੱਲ ਨਾ ਮੰਨਣ, ਅੱਗੇ ਬੋਲਣ, ਬੁਰਾ ਬੋਲਣ, ਪਰ ਮੇਰਾ ਮੰਨਣਾ ਹੁੰਦਾ ਹੈਗਾ ਕਿ ਵੀ ਦੇਖੋ ਜਦੋਂ ਓਪਰੇਸ਼ਨ ਕਰਦੇ ਹਾਂ ਤਾਂ ਪੇਸ਼ੈਂਟ ਨੇ ਤਾਂ ਚੀਕਾਂ ਮਾਰਨੀਆਂ ਹੀ ਨੇ, ਡਾਕਟਰ ਦੀ ਜ਼ਿੰਮੇਵਾਰੀ ਹੈ ਕਿ ਉਹਨੇ ਤੰਦਰੁਸਤ ਕਰਨਾ ਹੈਗਾ। ਠੀਕ ਸਰ, ਸਾਡਾ ਫੁੱਲਾਂ ਦੇ ਕੰਮ ਆ ਜੀ। ਪਹਿਲਾਂ ਘਰ ਜਿਹੜੇ ਸੀ ਉਹ ਕਣਕ ਝੋਨੇ ਲਾਉਂਦੇ ਸੀ, ਅਤੇ ਅਸੀਂ PAU ਲੁਧਿਆਣਾ ਤੋਂ 6 ਮਹੀਨੇ ਦਾ ਕੋਰਸ ਕੀਤਾ ਸੀ ਇਹਦੇ ਤਹਿਤ, ਅਤੇ ਬਾਅਦ ਵਿੱਚ ਹੀ ਪਟਿਆਲਾ ਤੋਂ ਜਿਹੜੇ ਬਾਇਓ ਕ੍ਰੈਡਿਟ ਸੀ ਉਹਨਾਂ ਨਾਲ ਸਾਡਾ ਕੰਟਰੈਕਟ ਹੋਇਆ ਇਹਦਾ, ਅਤੇ ਬਾਬਾ ਗੁਰਮੀਤ ਸਿੰਘ ਜੀ ਦੀ ਰਹਿਨਮਾਈ ਨਾਲ ਸਾਡਾ ਚੱਲ ਰਿਹਾ ਸਾਰਾ ਕੁਛ ਜੀ। ਕਿੰਨੇ ਕਿੱਲੇ ਖੇਤੀ ਕਰਦੇ ਫੁੱਲਾਂ? ਸਰ ਇਹ 3.5 ਕਿੱਲੇ ਨੇ। ਕੀ ਬੀਜਿਆ ਹੋਇਆ ਇੱਥੇ? ਸਰ ਨਸਟਾਸੀਅਮ, ਕਲਾਰਕੀਆ, ਕੋਰੀਓਕਸਿਸ ਅਤੇ ਡੇਜ਼ੀ। ਜੀ, ਕਿੰਨੇ ਵਿੱਚ ਵਰਤੋਂ ਕਿੰਨੇ ਜੀ ਹੁੰਦੀ ਹੈ? ਸਰ ਇਹ ਬਾਹਰ ਸਾਰਾ ਬੀਜ ਬਾਹਰ ਹੀ ਆਜ਼ਾਦ ਹੁੰਦਾ ਜੀ, ਬਾਹਰ ਨੂੰ ਭੇਜਿਆ ਜਾਂਦਾ ਸਾਰਾ ਕੁਛ। ਸਰ ਉਹਦਾ ਇਹੀ ਕਹਾਂਗੇ ਵੀ ਇਹਦੇ ਪਾਸੇ ਨੂੰ ਆਉਣ ਥੋੜ੍ਹਾ ਜਿਹਾ ਜੀ, ਅਤੇ ਕਿਉਂਕਿ ਇਹ 'ਚ ਇਨਕਮ ਵੀ ਥੋੜ੍ਹੀ ਜ਼ਿਆਦਾ ਜੀ ਕਣਕ ਝੋਨੇ ਨਾਲੋਂ, ਅਤੇ ਥੋੜ੍ਹਾ ਜਿਹਾ ਬਸ ਮਿਹਨਤ ਹੀ ਥੋੜ੍ਹਾ ਜਿਹਾ ਜ਼ਿਆਦਾ ਜੀ, ਮਿਹਨਤ ਤੋਂ ਅੱਜ ਕੱਲ੍ਹ ਦੇ ਨੌਜਵਾਨ ਜਿਹੜੇ ਭੱਜ ਰਹੇ ਆ। ਮੰਡੀਕਰਨ ਕਿਵੇਂ ਹੈ ਇਸ ਦਾ? ਮੰਡੀਕਰਨ ਸਰ ਸਾਡਾ ਜਿਹੜਾ ਕੰਟਰੈਕਟ ਹੀ ਜਿਹੜਾ ਜੀ ਉਹੀ ਸਾਡੇ ਤੋਂ ਲੈ ਆਉਣਗੇ ਸਾਰਾ ਕੁਛ ਜੀ, ਅਤੇ ਸਿਰਫ ਅਸੀਂ ਉਹਨੂੰ ਬੀਜ ਹੀ ਦੱਸਦਾ। ਆਮਦਨ ਕਿੰਨੀ ਕੁ ਹੋ ਜਾਂਦੀ ਹੈ ਇਹਦੇ 'ਚ? ਸਰ ਨਸਟਾਰਸ਼ੀਅਮ ਜਿਹੜਾ ਹੈਗਾ ਜੀ 70 ਤੋਂ 75 ਹਜ਼ਾਰ ਰੁਪਏ ਦੇ ਵਿੱਚ ਹੋ ਜਾਂਦਾ, ਡੇਜ਼ੀ ਸਾਡੇ ਕੋਲ ਹੈਗੀ ਹੈ ਜੀ 2 ਕਨਾਲਾਂ, ਅਤੇ ਉਹ ਘੱਟੋ ਘੱਟ ਜੀ 30 ਤੋਂ 35 ਹਜ਼ਾਰ ਦੇ ਵਿੱਚ ਹੋ ਜੁੜ ਜਾਂਦੀ ਜੀ। ਕਣਕ ਝੋਨੇ ਤੋਂ ਵੱਧ ਆਮਦਨ ਹੁੰਦੀ ਹੈ? ਵਧੀਆ ਜੀ। ਨੌਜਵਾਨਾਂ ਨੂੰ ਕੀ ਕਹੋਗੇ? ਸਰ ਇਹੀ ਕਹਾਂਗੇ ਉੱਧਰ ਕਣਕ ਝੋਨੇ ਨੂੰ ਛੱਡ ਕੇ ਥੋੜ੍ਹਾ ਜਿਹਾ ਫੁੱਲਾਂ ਵਾਲੇ ਪਾਸੇ ਨੂੰ ਹੋਣ ਜੀ, ਕਿਉਂਕਿ ਸਾਡੀ ਇਨਕਮ ਵੀ ਜ਼ਿਆਦਾ ਆ, ਅਤੇ ਥੋੜ੍ਹਾ ਜਿਹੜਾ ਹੈਗਾ ਜੀ
ਇਹਦੇ ਵੱਲ ਹੋ ਕੇ ਥੋੜ੍ਹਾ ਜਿਹਾ ਜਿਹੜੇ ਫਸਲੀ ਵਿਭਿੰਨਤਾ ਵੀ ਕੀਤੀ ਜਾ ਸਕਦੀ ਹੈ। ਧਰਤੀ ਦੇ ਜਿੰਨੇ ਵੀ ਕੰਮ ਹੈਗੇ ਨੇ ਇੱਥੇ ਕੀਤੇ ਜਾਂਦੇ ਨੇ, ਨੌਜਵਾਨਾਂ ਦੇ ਅਲੱਗ ਅਲੱਗ ਕਲੱਬ ਬਣਾਏ ਗਏ ਨੇ ਅਤੇ ਉਹਨਾਂ ਨੂੰ ਖੇਤੀ ਪ੍ਰਤੀ ਜਿਹੜੇ ਹੋਰ ਸਹਾਇਕ ਧੰਦੇ ਉਹਨਾਂ ਵੱਲ ਪ੍ਰੇਰਿਆ ਜਾ ਰਿਹਾ। ਉਹਨਾਂ ਵਿੱਚੋਂ ਜਿੱਥੇ ਅੱਜ ਆਪਾਂ ਖੜ੍ਹੇ ਹੈਗੇ ਹਾਂ, ਇਹ ਹੈਗਾ ਫੁੱਲਾਂ ਦਾ ਕਲੱਸਟਰ ਹੈਗਾ, ਜਿਹਦੇ ਵਿੱਚ ਦੋ ਨੌਜਵਾਨਾਂ ਨੂੰ ਪਹਿਲਾਂ ਫਲੋਰੀਕਲਚਰ ਦਾ ਕੋਰਸ ਕਰਵਾਇਆ ਗਿਆ PAG ਲੁਧਿਆਣਾ ਤੋਂ, ਫਿਰ ਉਹਨਾਂ ਦੀ ਅੱਗੇ ਮਾਰਕੀਟਿੰਗ ਦੀ ਗੱਲ ਕਰਵਾਈ ਗਈ ਬਾਇਓਕਰਵ ਦੇ ਨਾਲ। ਇੱਦਾਂ ਕਰਕੇ ਜਿਹੜੇ ਹੈਗੇ ਨੌਜਵਾਨਾਂ ਨੂੰ ਜਿਹੜੇ ਹੋਰ ਕਿੱਤਾਮੁਖੀ ਜਿਹੜੇ ਧੰਦੇ ਹੈਗੇ ਉਹਦੇ ਲਈ ਪ੍ਰੇਰਿਆ ਜਾਂਦਾ ਹੈਗਾ ਵੀ ਜਿਹੜਾ ਫਸਲੀ ਵਿਭਿੰਨਤਾ ਆਪਾਂ ਕਿੱਦਾਂ ਲੈ ਕੇ ਆਉਣੀ ਹੈਗੀ ਆ, ਕਣਕ ਝੋਨੇ ਦੇ ਜਿਹੜੇ ਖੇਤਰ ਹੈਗਾ ਉਹਦੇ 'ਚੋਂ ਆਪਾਂ ਕਿੱਦਾਂ ਬਾਹਰ ਨਿਕਲਣਾ ਹੈਗਾ, ਕੀ ਕਿਵੇਂ ਕੀਤੀ ਜਾਂਦੀ ਹੈ ਖੇਤੀ, ਜਿਹੜੀ ਕਿਸ ਤਰ੍ਹਾਂ ਦਾ ਲਾਭ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ। ਇਹ ਜਿਹੜੀ ਖੇਤੀ ਦਾ ਹੈਗਾ, ਸਾਰਿਆਂ ਨੂੰ ਪਹਿਲਾਂ ਜਿਹੜੇ ਵੀ ਨੌਜਵਾਨ ਵੀਰ ਹੈਗਾ ਕੋਈ ਵੀ ਨਵਾਂ ਧੰਦਾ ਸ਼ੁਰੂ ਕਰਦੇ ਆ ਤਾਂ ਉਹਦੇ ਬਾਰੇ ਪਹਿਲਾਂ ਆਪਦੀ ਮੁਹਾਰਤ ਹਾਸਲ ਕਰਨ, ਕਿਉਂਕਿ ਕੋਈ ਵੀ ਨਵੀਂ ਚੀਜ਼ ਹੈ ਇਹਦੀ ਮਾਰਕੀਟਿੰਗ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ। ਜਿਹੜਾ ਆਮ ਵਰਗ ਹੈਗਾ, ਆਮ ਨੌਜਵਾਨ ਹੈਗਾ, ਉਹ ਕਿੱਦਾਂ ਮਾਰਕੀਟਿੰਗ ਕਰ ਸਕਦਾ, ਪਹਿਲਾਂ ਫੁੱਲ ਲਗਾਉਣ ਤੋਂ ਪਹਿਲਾਂ ਉਹਦੀ ਮਾਰਕੀਟਿੰਗ ਦੀ ਜਗ੍ਹਾ ਦੇਖੀ ਜਾਵੇ, ਕਿਉਂਕਿ ਸਰਕਾਰ ਵੱਲੋਂ ਹਜੇ ਕੋਈ ਵੀ ਉੱਦਾਂ ਦਾ ਮਾਰਕੀਟਿੰਗ ਦੀ ਪਲੈਨਿੰਗ ਨਹੀਂ ਦਿੱਤੀ ਗਈ। ਤਾਂ ਮੈਂ ਇਹਦੇ ਨਾਲ ਅਪੀਲ ਵੀ ਕਰਨਾ ਚਾਹੁੰਦਾ ਵੀ ਗੌਰਮੈਂਟ ਨੂੰ, ਵੀ ਜਿਹੜੇ ਇੱਦਾਂ ਦੇ ਨੌਜਵਾਨ ਅੱਗੇ ਵੱਧ ਕੇ ਆਉਂਦੇ ਹੈਗੇ ਨੇ, ਆਪਦੇ ਨਵੇਂ ਨਵੇਂ ਕੰਮ ਸ਼ੁਰੂ ਕਰਦੇ, ਉਹਨਾਂ ਲਈ ਮਾਰਕੀਟ ਲਈ ਇੱਕ ਨੀਤੀ ਬਣਨੀ ਚਾਹੀਦੀ ਹੈਗੀ ਜਿਹੜੇ ਇੱਦਾਂ ਦੇ ਨੌਜਵਾਨਾਂ ਨੂੰ ਪ੍ਰਮੋਟ ਹੋ ਸਕੇ। ਨਹੀਂ ਤਾਂ ਆਪਣਾ ਜਿਹੜਾ ਪੂਰਾ ਯੂਥ ਦਾ ਵਰਗ ਹੈਗਾ ਬਾਹਰ ਨੂੰ ਭੱਜ ਰਿਹਾ, ਇਹੀ ਇੱਕ ਗੱਲ ਹੈਗੀ ਬਾਹਰ ਨੂੰ ਜਾਣ ਦੀ, ਕਿਉਂਕਿ ਇੱਥੇ ਮਿਹਨਤ ਦਾ ਮੁੱਲ ਉਹਨਾਂ ਨਹੀਂ ਮਿਲ ਰਿਹਾ ਜਿੰਨਾ ਕਿ ਬਾਹਰ ਮਿਲਦਾ ਪਿਆ ਹੈਗਾ। ਕੀ ਅਪੀਲ ਕੀ ਕਰੋਗੇ? ਮੈਂ ਇਹੀ ਕਹਾਂਗਾ ਕਿ ਜਿੰਨੇ ਵੀ ਆਪਣੇ ਨੌਜਵਾਨ ਵਰਗ ਹੈਗੇ ਨੇ ਉਹ ਚੰਗੀ ਟ੍ਰੇਨਿੰਗ ਲੈ ਕੇ ਚੰਗੀ ਮਹਾਰਤ ਹਾਸਲ ਕਰਕੇ ਇੱਥੇ ਕੰਮ ਕਰਨ, ਪਰ ਨਾਲ ਦੀ ਨਾਲ ਉਹ ਕੰਮ ਦਾ ਮਿਹਨਤ ਦਾ ਮੁੱਲ ਪਵੇ। ਇਸ ਲਈ ਗੌਰਮੈਂਟ ਨੂੰ ਉਹੋ ਜਿਹੀ ਨੀਤੀ ਬਣਾਉਣੀ ਚਾਹੀਦੀ ਜਿਵੇਂ ਖੋਸਾ ਪਾਂਡੂ ਦੇ ਨੌਜਵਾਨ ਕਲੱਸਟਰ ਬਣਾ ਕੇ ਵੱਖ ਵੱਖ ਫਸਲਾਂ 'ਚ ਲੱਗੇ ਹੋਏ, ਔਰਗੈਨਿਕ ਫਾਰਮਿੰਗ ਹੈਗੀ ਹੈ, ਖੁੰਬਾਂ ਦਾ ਹੈਗਾ, ਫੁੱਲਾਂ ਦਾ ਹੈਗਾ, ਜਾਂ ਕਰੋਪ ਡਾਇਵਰਸੀਫਿਕੇਸ਼ਨ, ਛੋਲੇ, ਅਲਸੀ, ਸਰੋਂ ਹੈਗੀ ਹੈ। ਤਾਂ ਇਹੋ ਜਿਹੇ ਪਿੰਡਾਂ ਨੂੰ ਕੋਈ ਵੀ ਇੱਕ ਪਿੰਡ ਚੁਣਿਆ ਜਾਵੇ ਜਿਹਨੂੰ ਇੱਕ ਮਾਡਲ ਪਿੰਡ ਦੇ ਤੌਰ 'ਤੇ ਪੇਸ਼ ਕੀਤਾ ਜਾਵੇ, ਜਿਹੜੇ ਹੋਰਨਾਂ ਪਿੰਡਾਂ ਲਈ ਵੀ ਉਦਾਹਰਣਾਂ ਵਜੋਂ ਪੇਸ਼ ਹੋ ਸਕੇ। ਹਾਂਜੀ, ਇਹ ਜੀ ਆਪਣੇ ਜੀ ਅਸੀਂ ਯੂਨੀਵਰਸਿਟੀ ਤੋਂ ਕੋਰਸ ਕੀਤਾ ਸੀਗਾ ਜੀ 6 ਮੰਥ ਦਾ, ਆਪਣੇ ਪੰਜਾਬ ਯੂਨੀਵਰਸਿਟੀ ਲੁਧਿਆਣਾ ਤੋਂ, ਅਤੇ ਉਸ ਦੇ ਤਹਿਤ ਹੀ ਅਸੀਂ ਬਾਇਓਕਰਵ ਸੀਡ ਪਟਿਆਲੇ ਵਾਲੇ ਅੱਲਾ ਰੰਗ ਜੀ ਹੈਗੇ ਆ, ਅਤੇ ਉਹਨਾਂ ਤੋਂ ਅਸੀਂ ਜਾਣਕਾਰੀ ਲੈ ਕੇ ਅਤੇ ਉਹਨਾਂ ਦੇ ਨਾਲ ਮਿਲ ਕੇ ਬਾਬਾ ਜੀ ਆਪਣੇ ਗੁਰਮੀਤ ਸਿੰਘ ਜੀ ਜੋ ਕਿ ਖੋਸਿਆਂ ਵਾਲੇ ਆ, ਉਹਨਾਂ ਦੇ ਨਾਲ ਮਿਲ ਕੇ ਅਸੀਂ ਇਹ ਖੇਤੀ ਕਰ ਰਹੇ ਹਾਂ ਜੀ। ਅਤੇ ਇਸ ਖੇਤੀ ਵਿੱਚ ਜੀ ਯਾਨੀ ਕਿ ਇਹ ਖੇਤੀ ਜਿਹੜੀ ਅਲੱਗ ਦੀ ਹੈ ਜੀ, ਜਿੱਦਾਂ ਆਪਣੇ ਜੀ ਵੱਡੇ ਵਡੇਰੇ ਜਿਹੜੇ ਆ ਜੀ ਉਹ ਕਣਕ ਝੋਨੇ ਫਸਲੀ ਚੱਕਰ 'ਚ ਫਸੇ ਹੋਏ ਆ ਜੀ, ਹਾਲਾਂਕਿ ਜੀ ਉਹ ਹੌਲੀ ਹੌਲੀ ਯਾਨੀ ਕਿ ਉਹਦਾ ਝਾੜ ਵੀ ਘੱਟ ਰਿਹਾ ਜੀ। ਇਹ ਜਿਹੜੀ ਆਪਣੀ ਫੁੱਲਾਂ ਦੀ ਫਸਲ ਹੈ ਜੀ, ਇਹ ਉਦੋਂ ਆਪਾਂ ਨੂੰ ਦੁੱਗਣਾ ਮੁਨਾਫਾ ਦਿੰਦੀ ਹੈ ਜੀ। ਅਤੇ ਇਸ ਵਿੱਚ ਅਸੀਂ 2 ਜਣੇ ਜੀ ਕੰਮ ਕਰ ਰਹੇ ਹਾਂ ਜੀ ਯਾਨੀ ਕਿ, ਅਤੇ ਇੱਥੇ ਜੀ ਔਰਗੈਨਿਕ ਖੇਤੀ ਵੀ ਹੈ ਜੀ। ਕਿੰਨੇ ਕੁ ਫੁੱਲ ਕਿਹੜੀ ਕਿਹੜੀਆਂ ਕਿਸਮਾਂ ਦੇ ਬੀਜੇ ਹੋਏ ਨੇ? ਹਾਂਜੀ, ਇੱਥੇ ਸਾਡੇ 4 ਵਰਾਇਟੀਆਂ ਦਿੱਤੀਆਂ ਜੀ ਉਹਨਾਂ ਨੇ, ਅਤੇ ਇੱਕ ਤਾਂ ਨਸਟਾਰਸ਼ੀਅਮ ਹੈ ਜੀ, ਕੋਰੀ ਆਫਸਿਸ ਆ ਜੀ, ਡੇਜੀ ਜੀ, ਅਤੇ ਨਾਲ ਹੈਗੀ ਆਪਣੇ ਕਲਾਰਕੀ ਆ ਜੀ। ਹਾਂਜੀ, ਅਤੇ ਕਿੰਨੇ ਇਹਨੂੰ ਕਿਹਦੇ ਵਿੱਚ ਵਰਤੋਂ ਕਿਹਦੇ ਵਿੱਚ ਕੀਤੀ ਜਾਂਦੀ ਹੈ ਇਸ ਫੁੱਲ? ਇਹਦਾ ਜੀ ਯਾਨੀ ਕਿ ਬਾਹਰਲੀਆਂ ਆਪਣੇ ਕੰਟਰੀਆਂ ਨੂੰ ਬੀਜ ਜਾਂਦਾ ਜੀ। ਹਾਂਜੀ, ਅਤੇ ਕਿੰਨੀ ਕੁ ਕਮਾਈ ਕਿੰਨੀ ਕੁ ਹੋ ਜਾਂਦੀ ਹੈ ਇਹ 'ਚੋਂ ਜੀ? ਆਪਣੇ ਜੀ ਲਗਭਗ ਕਣਕ ਨਾਲੋਂ ਦੁੱਗਣਾ ਹੋ ਜਾਂਦਾ ਜੀ। ਜਿੱਦਾਂ ਜੀ ਇਹ ਆਪਣੇ ਜੀ ਕੋਰੀ ਆਪਣੇ ਨਸਟਾਰਸ਼ੀਅਮ ਦਾ ਆਪਣੇ 1 ਏਕੜ ਲਾਇਆ ਹੋਇਆ ਜੀ, ਅਤੇ ਇਸ ਵਿੱਚੋਂ ਲਗਭਗ 75,000 ਦਾ ਯਾਨੀ ਕਿ ਸੀਡ ਯਾਨੀ ਕਿ ਇਕੱਠਾ ਹੋ ਜਾਂਦਾ ਜੀ। ਹਾਂਜੀ, ਜਿਵੇਂ ਕਣਕ ਝੋਨੇ ਤੋਂ ਵੱਧ ਆਮਦਨ ਹੁੰਦੀ ਹੈ? ਹਾਂਜੀ, ਵੱਧ ਹੁੰਦੀ ਹੈ। ਅਤੇ ਕਿੰਨਾ ਸਮਾਂ ਲੈਂਦੇ ਜਿਹੜੇ ਫੁੱਲ ਤਿਆਰ ਹੋਣ ਵਿੱਚ ਜਿਹੜਾ ਉਗਾ ਤੱਕ? ਹਾਂਜੀ, ਇਹ ਆਪਣਾ ਜੀ ਨਾਲ ਨਾਲ ਹੀ ਚੱਲਦੇ ਕਣਕ ਦੇ ਜੀ, ਯਾਨੀ ਕਿ 6 ਮਹੀਨੇ ਦੀ ਇਹ ਵੀ ਹੈਗੀ ਹੈ, ਯਾਨੀ ਕਿ 5-6 ਮਹੀਨੇ ਤੱਕ ਯਾਨੀ ਕਿ ਇਹ ਤਿਆਰ ਹੋ ਜਾਂਦੇ ਜੀ। ਆਮਦਨ ਕਣਕ ਝੋਨੇ ਤੋਂ ਵੱਧ? ਹਾਂਜੀ, ਕਣਕ ਝੋਨੇ ਤੋਂ ਵੱਧ ਹੈ ਜੀ ਆਮਦਨ। ਅਤੇ ਫਸਲੀ ਵਿਭਿੰਨਤਾ ਤਹਿਤ ਵੀ ਹੈ? ਹਾਂਜੀ, ਫਸਲੀ ਵਿਭਿੰਨਤਾ ਜੀ, ਅਤੇ ਇਹ ਜੀ ਯਾਨੀ ਕਿ ਅਲੱਗ ਦੀ ਖੇਤੀ ਹੈ ਜੀ ਕਣਕ ਨਾਲੋਂ, ਕਣਕ ਝੋਨੇ ਨਾਲੋਂ। ਸੰਤੁਸ਼ਟ ਹੋ ਇਸ ਖੇਤੀ ਤੋਂ? ਹਾਂਜੀ ਹਾਂਜੀ,
ਅਤੇ ਜੋ ਜੀ ਆਪਣੇ ਜੀ ਨੌਜਵਾਨ ਆ ਜੀ ਜੋ ਕਣਕ ਝੋਨੇ ਵਿੱਚ ਹੀ ਫਸ ਰਹੇ ਆ ਉਹਨਾਂ ਵੀ ਅਸੀਂ ਕਹਿਣਾ ਚਾਹਾਂਗੇ ਵੀ ਇੱਧਰ ਨੂੰ ਫੁੱਲਾਂ ਵੱਲ ਨੂੰ ਆਓ ਜੀ, ਅਤੇ ਨਾਲ ਹੀ ਅਸੀਂ ਸਰਕਾਰ ਨੂੰ ਵੀ ਇਹ ਬੇਨਤੀ ਕਰਦੇ ਹਾਂ ਵੀ ਉਹ ਵੀ ਇੱਧਰ ਗੌਰ ਕਰਨ ਜੀ ਅਤੇ ਸਾਨੂੰ ਕੁਛ ਸਹਿਯੋਗ ਦੇਣ ਜੀ ਤਾਂ ਕਿ ਅਸੀਂ ਇਸ ਪਾਸੇ ਹੋਰ ਨੌਜਵਾਨਾਂ ਨੂੰ ਜੋੜ ਸਕੀਏ।